ਲੋ ਜੀ ਲੱਦੀ ਗਈ ਟਰਾਲੀ, ਹੁਣ ਲਾਉਣ ਚੱਲੇ ਆ। ਰੱਖਦੇ ਹਾਂਜੀ, ਤੈਨੂੰ ਗੱਲਾਂ ਆਉਂਦੀਆਂ। ਅਸਲਾਮ ਵਾਲੇਕੁਮ। ਹਾਂਜੀ ਦੋਸਤੋ, ਕੀ ਹਾਲ ਚਾਲ ਆ, ਠੀਕ ਹੋ? ਸਾਰੇ ਨੇੜੇ ਨੇੜੇ ਆਇਓ ਯਾਰ, ਜਿਹੜਾ ਸਬਸਕ੍ਰਾਈਬ ਨਹੀਂ ਕੀਤਾ ਸਾਡੇ ਚੈਨਲ ਨੂੰ, ਸਬਸਕ੍ਰਾਈਬ ਕਰ ਦਿਓ, ਲਾਈਕ ਕਰੋ, ਦੋਸਤਾਂ ਨਾਲ ਸ਼ੇਅਰ ਕਰੋ। ਟਾਈਮ ਹੋ ਰਿਹਾ ਸੁਬਹ ਦਾ 10:30 ਵਜੇ ਦਿਨ, ਸੁਬਹ ਦਾ ਨਹਾ ਨਹੂ ਕੇ ਫਰੈਸ਼ ਹੋ ਕੇ ਕੰਮ ਸ਼ਾਮ ਨਿਬੇੜ ਕੇ ਫਿਰ ਨਹਾ ਨਹੂ ਕੇ ਰੋਟੀ ਛੋਟੀ ਖਾ ਕੇ ਹੁਣ ਵਿਹਲੇ। ਮੈਂ ਵੀਡੀਓ ਸ਼ੁਰੂ ਕਰ ਲਈ, ਵੀਡੀਓ ਸ਼ੁਰੂ ਕਰਨ ਤੋਂ ਬਾਅਦ ਫਿਰ ਸਾਰਿਆਂ ਦੋਸਤਾਂ ਨੂੰ ਨੇੜੇ ਨੇੜੇ ਬੁਲਾਈਏ ਅਤੇ ਚੈਨਲ ਜਿਹੜਾ ਨਾ ਸਬਸਕ੍ਰਾਈਬ ਕਰਵਾਈਏ, ਅਤੇ ਜਲਦੀ ਜਲਦੀ ਕਰ ਦਿਓ, ਕਿਉਂਕਿ ਗਰਮੀ ਦੇ ਨਾਲ ਧੂੜਾਂ ਪੱਟੀਆਂ ਪਈਆਂ, ਧੂੜ ਪੱਟੀ ਪਈ ਆ, ਕਿਉਂਕਿ ਜਿੰਨੀ ਗਰਮੀ ਪੈ ਰਹੀ ਹੈ ਨਾ, ਨਹਾਤਾ ਜਾਂ ਨਹਾ ਕੇ ਬਾਹਰ ਆਇਆ ਮੁੜਕਾ ਫਿਰ ਆਉਣਾ ਸ਼ੁਰੂ ਹੋ ਗਿਆ, ਇੰਨੀ ਜ਼ਿਆਦਾ ਗਰਮੀ ਆ ਅੱਜ। ਹੋਏ 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 ਹੋਏ, ਤੁਸੀਂ ਆ ਸੋਚਦੇ ਹੋਵੋਗੇ ਕਿ ਇਹਨੂੰ ਧੁੱਪੇ ਪੈਣਾ, ਧੁੱਪ ਧੁੱਪ ਕੋਈ ਨਹੀਂ, ਇੱਥੋਂ ਹੁਣ ਮਿੰਟ ਬਾਅਦ ਬਸ 2-5 ਮਿੰਟਾਂ ਦੀ ਛਾਂ ਚੱਲ ਜਾਣੀ ਹੈ, ਥੋੜ੍ਹੀ ਛਾਂ ਹੀ ਆ ਆ ਵੇਲ ਨਿੰਮ ਦੀ, ਸਾਡੇ ਪਿੰਡਾਂ 'ਤੇ ਛਾਂ ਵੀ ਇੱਦਾਂ ਦੀ ਆ। ਢਾਰਾ ਪਾਇਆ ਹੋਇਆ ਬਸ ਆਰਜ਼ੀ ਤੌਰ 'ਤੇ, ਅੱਧੇ ਪਛੱਧੇ ਥੱਲੇ ਅਤੇ ਅੱਧੇ ਪਛੱਧੇ ਬਾਹਰ। ਲਓ ਜੀ ਵਿਵਰ, ਅੱਜ ਅਚਾਨਕ ਮੌਸਮ ਖਰਾਬ ਹੋ ਗਿਆ, ਮੈਂ ਸੁੱਤਾ ਪਿਆ, ਸੁੱਤਿਆ ਉੱਠਿਆ ਪੱਠੇ ਉਤਰੇ ਪਏ ਸੀ, ਅਤੇ ਅੰਮੀ ਕਹਿੰਦੀ ਨੇਰ ਆ ਗਏ ਨਾਲ ਮੀਂਹ ਆ ਗਿਆ, ਮੈਂ ਕਿਹਾ ਖੈਰ ਹੋਵੇ। ਅਤੇ ਇੱਧਰ ਚੱਕ ਕੀਤਾ ਤਾਂ ਵਾਕਈ ਆ ਵੇਖ ਲਓ ਬਈ, ਨੇਰ ਵੀ ਅਚਾਨਕ ਹੀ, ਅਤੇ ਫਿਰ ਦਵਾ ਦਵਾ ਪੱਠੇ ਪਾਏ, ਆ ਵੇਖ ਲਓ ਮੱਝਾਂ ਨੂੰ, ਅਤੇ ਬੱਦਲ ਵੀ ਅਚਾਨਕ ਹੀ ਹੋ ਗਿਆ। ਕਰੋ ਵੀ ਇੱਧਰ ਦਾ ਮੌਸਮ ਮਾਸ਼ਾ ਅੱਲਾ, ਨਜ਼ਾਰੇ ਲਓ ਅੱਜ, ਇੱਧਰ ਨੂੰ ਲੰਘ ਗਿਆ ਹਨੇਰਾ ਵੇਖ ਲਓ, ਆ ਵੇਖ ਲਓ ਬਈ ਬੱਦਲ ਹੋ ਗਿਆ ਕਿ ਨਹੀਂ ਅਚਾਨਕ ਹੀ, ਥਮਾਨ ਥੰਮ ਹੋ ਗਿਆ ਬੱਦਲ, ਆ ਵੇਖ ਲਓ। ਇੱਧਰਲੀ ਸਾਈਡ 'ਤੇ 43 ਪਿੰਡ ਹੀ ਨਹੀਂ ਦਿਖਦੇ, ਇੰਨਾ ਘੱਟਾ ਹੋ ਗਿਆ ਜੀ, ਘੱਟਾ ਹੀ ਘੱਟਾ, ਆ ਵੇਖ ਲਓ। ਓਹ ਯਾਰ, ਲੈ ਪਤਾ ਨਹੀਂ ਅਸੀਂ ਕਿੰਨੇ ਆਏ ਕਰੋਗੇ ਇਹ ਨਾ, ਮੈਨੂੰ ਉਮੀਦ ਸੀ ਬੱਦਲ ਛੱਦਲ ਬਾਬੂ ਚੱਲੇ ਜੀ, ਪਰ ਅਚਾਨਕ ਹੀ ਅੱਜ ਮੌਸਮ ਖਰਾਬ ਹੋ ਗਿਆ, ਦਾ ਕੋਈ ਪਤਾ ਨਹੀਂ ਅੱਜ ਫੁੱਲ ਗਰਮੀ ਦੱਸੀ ਸੀ, ਅੱਜ ਆਪਣੇ ਨਜ਼ਾਰੇ ਲਓ ਤੁਸੀਂ, ਨਜ਼ਾਰੇ ਸਾਡੇ ਪੰਜਾਬ ਦੇ ਪਿੰਡ ਦੇ ਵਿਊ, ਮੌਸਮ ਜਿਹੜਾ ਨਾ ਸਾਫ ਹੋ ਗਿਆ ਜੀ, ਉਹ ਧੁੱਪ ਫਿਰ ਨਿਕਲਿਆ ਜੀ, ਅਤੇ ਕੰਮ ਸ਼ੰਮ ਲੱਗ ਗਈ, ਸਮਾਨ ਕੇ ਪਾਉਣ ਲੱਗੇ, ਰੂੜੀ ਕਹਿੰਦੇ ਰੂੜੀ ਪਵਾ, ਹੁਣ ਰੂੜੀ ਪਵਾ ਲਈਏ, ਕਿਉਂਕਿ ਧੁੱਪ ਜਿਹੜੀ ਨਿਕਲਿਆ ਜੀ, ਬੱਦਲ ਛੱਦਲ ਉੱਡ ਗਿਆ, ਨੇਰੀ ਨੂਰੀ ਉੱਡ ਗਈ, ਆਏ ਗਏ, ਅਤੇ ਹੁਣ ਮੈਂ ਕੰਮ ਕਰ ਲਈਏ ਥੋੜ੍ਹੀ ਜਿਹਾ ਕਲਾਲ ਦੀ। ਆ ਭਲਵਾਨਾ ਸੌਂ ਸੌਂ ਤੂੰ ਰੱਜ ਗਿਆ, ਹੁਣ ਕਹਾ ਕਲਾਲ ਦੇ, ਕੱਲ੍ਹ ਆ ਕੰਮ ਕਰ ਲਾ, ਉਹ ਨਾ ਆਵੇ ਅਤੇ ਨਾ ਹੱਥੋਂ ਹੱਥੀ ਹੋਣਾ ਪੈ ਜਾਵੇ, ਕਈਆਂ ਚੱਕੀ ਫਾਇਦਾ ਕੰਮ ਕਰ ਲਾ, ਕੰਮ 2 ਮਿਹਨਤ ਲੱਗੀ ਹੋਏ ਕਰਨ,
ਤੂੰ ਕੰਮ ਚੋਰ ਹੋ ਗਿਆ। ਭਲਵਾਨ ਕੀ ਕਰਨ ਲੱਗਾ, ਟੋ ਚੰਡਣ ਲੱਗਾ। ਅੱਛਾ, ਮੈਂ ਘਰ ਚੰਡਣ ਲੱਗਾ, ਰੱਖਿਆ ਹੋਇਆ। ਲਓ ਜੀ, ਲੱਦੀ ਗਈ ਟਰਾਲੀ, ਹੁਣ ਲਾਉਣ ਚੱਲੇ ਆ। ਹਾਂਜੀ, ਚੜਾ ਦਿੰਦੇ ਆਪਾਂ ਅੱਜ, ਆਈ ਤੇ ਚੜਾ ਦਾਂਗੇ। ਪਾਣੀ ਪੀ ਲੈਂਦੇ ਭਲਵਾਨਾ, ਪਾਣੀ ਪੀ ਲੈਂਦੇ, ਤੂੰ ਪੀ ਲਿਆ, ਹੁਣ ਤੈਨੂੰ ਗੱਲਾਂ ਆਉਂਦੀਆਂ। ਜਾਣਦੇ ਉਹਨੂੰ, ਸਾਈਕਲ ਪਰ ਗੱਲ ਹੋ ਕੇ ਤਾਂ ਰਗੜਿਆ ਜਾਂਦਾ ਹੀ ਉਹ। ਚੜ ਜੂਗੀ ਹੁਣ ਨੈੱਟ ਤੇ। ਲਓ ਜੀ, ਹੁਣ ਟਰਾਲੀ ਵਿਹਲੀ ਕਰਨ ਲੱਗਿਆ ਇੱਥੇ ਆ ਖੱਤੇ 'ਚ। ਹਾਂ ਵੇਖ ਲਓ, ਬਿਮਾਰੀ ਦੇ ਮਾਰੇ ਹੋਏ ਡਿੱਗਦੇ ਫਿਰਦੇ ਆ। ਤੂੰ ਲਓ ਜੀ ਰੂੜੀ, ਪਹਿਲੀ ਟਰਾਲੀ ਵਾਲੇ, ਚਾਰ ਪੌਣੀਆਂ ਟਰਾਲੀਆਂ, ਪਤਾ ਲੱਗ ਜਾਸੀ ਪੁੱਤਰ, ਟੈਨਸ਼ਨ ਨਾ ਲਓ। ਹਾਲੇ ਤਿੰਨ ਹੋਰ ਪਈਆਂ, ਬਾਗਨ ਨਹੀਂ ਦਿੰਦਾ ਉਹ, ਵੇਖ 50-50 ਕਿਲੋ ਦੀ ਇੱਕ ਗਾਹ ਵਾਲਾ। ਲਾ ਵੀ ਲਾਈਏ ਤੇ ਜਾਈਏ ਇੱਧਰ ਖਲਾਰ ਤੇ, ਟਰਾਲਾ ਹੋ ਗਿਆ ਵਿਹਲਾ, ਭੇ ਭੇ ਹੋ ਗਈ, ਭੇ ਭੇ ਆ ਸੁਰੇ ਰਿਹਾ। ਲੋਹੀ ਟਰਾਲੀ ਵਿਹਲੀ ਕਰਤੀ ਆ, ਇੱਥੇ ਖਲਾਰਤੀ, ਬਾਕੀ ਆਹ ਸਾਨ ਰਹਿੰਦਾ, ਇੱਥੇ ਪੈ ਜਾਣੀਆਂ ਹੋਰ 3-4 ਟਰਾਲੀਆਂ। ਆ ਲਓ ਜੀ, ਕਰਤੀ ਵਿਹਲੀ ਟਰਾਲੀ, ਅਤੇ ਗਰਮੀ ਹੁਣ ਮੱਤ ਮਾਰੇ ਖਲੋਤੀ ਆ, ਚੰਗੀ ਭਲੀ ਹੋਈ ਖਲੋਤੀ ਗਰਮੀ ਵੀ। ਆ ਵੇਖ ਲਓ, ਬੰਦੇ ਸਾਹ ਲੈ ਕੇ ਫਿਰ ਭਰਦੇ ਹਾਂ, ਬਾਕੀ ਹਾਲੇ ਤਾਂ 3-4 ਹੋਰ ਪੈਣੀਆਂ, ਪਤਾ ਲੱਗੂ ਥੱਲੇ ਬੱਲੀ ਕਿੱਧਰ ਵਿਹਲਾ ਬਹਿ ਗਿਆ। ਲਓ ਜੀ, ਆਹ ਵੀ ਟਰਾਲੀ ਭਰਤੀ ਆ, ਹੁਣ ਇਹ ਲਾਉਣ ਚੱਲੋ, ਹਨੇਰਾ ਆ ਗਿਆ, ਵੀਡੀਓ ਇੱਥੇ ਐਂਡ ਕਰ ਦਿੰਦੇ ਹਾਂ। ਲੈ ਵੀ ਆਹ ਵੀ ਭਰ ਗਈ, ਹਜੇ 2 ਹੋਰ ਪਾਉਣੀਆਂ, ਉੱਧਰੋਂ ਹਨੇਰਾ ਵੀ ਹੋ ਗਿਆ। ਅਤੇ ਸਾਡੀ ਅੱਜ ਵੀਡੀਓ, ਉਮੀਦ ਕਰਦਾ ਕਿਸੇ ਲੱਗੇ, ਕਿਸੇ ਲੱਗੇ ਤਾਂ ਲਾਈਕ ਕਰ ਦੇਣਾ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ, ਦੋਸਤਾਂ ਨਾਲ ਸ਼ੇਅਰ ਕਰ ਦੇਣਾ, ਮਿਲਦਾ ਫਿਰ ਵੀਡੀਓ 'ਚ। ਅੱਲਾ ਹਾਫਿਜ਼, ਬਾਏ। ਆ ਲਓ ਪਿਛ, ਮਿਲਦੇ ਹਾਂ ਫਿਰ ਸੁਬਹ ਇਨਸ਼ਾਅੱਲਾ।